ਜਲੰਧਰ ਦੇ ਪਿੰਡ ਮੁਠੱਡਾ ਕਲਾਂ ਵਿਖੇ ਆਜ਼ਾਦ ਕਬੱਡੀ ਕਲੱਬ ਮੁਠੱਡਾ ਕਲਾਂ NRI ਵੀਰਾਂ ਅਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ 36ਵਾਂ ਪੇਂਡੂ ਖੇਡ ਮੇਲਾ ਅਤੇ 17ਵਾਂ ਇੰਟਰਨੈਸ਼ਨਲ ਕਬੱਡੀ ਕੱਪ ਸ੍ਰੀ ਸਤਿਗੁਰ ਰਾਮ ਸਿੰਘ ਸਟੇਡੀਅਮ ਮੁਠੱਡਾ ਕਲਾਂ ਵਿਖੇ ਕਰਵਾਇਆ ਗਿਆ। ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਸੱਤਾ ਮੁਠੱਡਾ UK ਜੈਸ਼ ਔਜਲਾ ਕੈਨੇਡਾ ਅਤੇ ਉਨ੍ਹਾਂ ਦੇ ਸਾਥੀ ਵਧਾਈ ਦੇ ਪਾਤਰ ਹਨ ਕਿ ਉਨ੍ਹਾਂ ਨੇ ਸ਼ਲਾਘਾਯੋਗ ਪ੍ਰਬੰਧ ਕੀਤੇ ਸਨ। ਇਹ ਕਬੱਡੀ ਕੱਪ ਸਵਰਗੀ ਪ੍ਰੇਮ ਸਿੰਘ, ਸਵਰਗੀ ਮਹਿੰਦਰ ਸਿੰਘ ਨਾਮਧਾਰੀ, ਸਵਰਗੀ ਸੂਰਜ ਔਜਲਾ ਅਤੇ ਸਵਰਗੀ ਬਿੰਦਾ ਸੰਘੇੜਾ ਨੂੰ ਸਮਰਪਿਤ ਸੀ। ਭਾਰੀ ਗਿਣਤੀ ਵਿਚ ਖੇਡ ਪ੍ਰੇਮੀਆਂ ਨੇ ਕਬੱਡੀ ਕੱਪ ਦਾ ਆਨੰਦ ਮਾਣਿਆ। ਇਸ ਕਬੱਡੀ ਕੱਪ ਨੂੰ ਨੇਪਰੇ ਚਾੜਨ ਵਿਚ ਸੱਤਾ ਮੁਠੱਡਾ UK, ਜੈਸ਼ ਔਜਲਾ ਕੈਨੇਡਾ, ਗੋਖਾ ਬਾਰੀਆ UK, ਬੂਟਾ UK, ਜੱਗੀ UK, ਗੋਦਾਵਰ ਕੈਨੇਡਾ, ਆਜ਼ਾਦ ਕਬੱਡੀ ਕਲੱਬ ਦੇ ਦਿਲਬਾਗ ਸਿੰਘ ਬਾਗੀ, ਹਰਵਿੰਦਰ ਟੋਨਾ, ਪਾਲਾ ਔਜਲਾ, ਪੰਮਾ ਔਜਲਾ, ਬਲਜੀਤ ਹੇਅਰ, ਸੁੱਖਾ ਬੂਰਾ, ਹਰਮੇਸ਼ ਸੈਬੀ, ਸ਼ਾਮ ਲਾਲ, ਮਨੋਹਰ ਲਾਲ ਸ਼ਰਮਾ, ਮਨਜੀਤ ਬੂਰਾ, ਸੋਢੀ ਬੂਰਾ, ਗੁਰਦੇਵ ਚਿੰਦ ਮਹਿਮੀ, ਹਰਨੇਕ ਸਿੰਘ ਨੇਕਾ ਆਦਿ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਤੇ ਮੋਟਰਸਾਈਕਲਾਂ ਨਾਲ ਖਿਡਾਰੀਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਕਬੱਡੀ ਕੱਪ ਵਿਚ ਪੰਜਾਬ ਕਬੱਡੀ ਅਕੈਡਮੀ ਐਸੋਸੀਏਸ਼ਨ ਦੀਆਂ ਚੋਟੀ ਦੀਆਂ 8 ਟੀਮਾਂ ਨੇ ਹਿੱਸਾ ਲਿੱਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ NRI ਰਸ਼ਪਾਲ ਸਿੰਘ ਸੀਰਾ, ਸ਼ੰਮੀਪੁਰ, ਪੰਜਾਬ ਕਬੱਡੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਮੱਖਣ ਚੜਿਕ ਉਚੇਚੇ ਤੌਰ ਤੇ ਪਹੁੰਚੇ। ਇਸ ਮੌਕੇ ਤੇ ਆਏ ਹੋਏ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸੱਤਾ ਮੁਠੱਡਾ ਜੀ, ਕੀ ਕਹਿਣਾ ਚਾਹੁੰਦੇ ਜੀ ਅੱਜ ਦੇ ਸਟੂਡੈਂਟ? ਅਸੀਂ ਜੋ ਅੱਜ ਟੂਰਨਾਮੈਂਟ ਦਾ ਜੋ ਸੈਕੰਡ ਡੇ ਹੈ ਤੇ ਕੱਲ ਨੂੰ ਲਾਸਟ ਕੱਪ ਹੋਊਗਾ ਜੋ ਬਹੁਤ ਹੀ ਵੱਡੇ ਪੱਧਰ ਦਾ ਪੰਜਾਬ ਦਾ ਜੋ ਦੁਆਬੀ ਆ ਨੰਬਰ 1 ਕੱਪ ਜੋ ਮੰਨਿਆ ਜਾਂਦਾ ਹੈ। ਇੱਥੇ ਹਰੇਕ ਸਾਲ ਦੀ ਤਰ੍ਹਾਂ ਨਵੀਆਂ ਤੋਂ ਨਵੀਆਂ ਜੋ ਚੀਜ਼ਾਂ ਨਵੀਆਂ ਤੋਂ ਨਵੇਂ ਤਕੜੇ ਨਿਯਮ ਉਹ ਦਿੱਤੇ ਜਾਂਦੇ ਆ ਤੇ ਸਾਰੇ ਖੇਡਾਂ ਨੂੰ ਨਸ਼ਾ ਮੁਕਤ ਕਰਨ ਜੋ ਸਾਡਾ ਪ੍ਰੋਗਰਾਮ ਹੈ ਉਹਦਾ ਕੱਲ੍ਹ ਇੱਕ ਹੋਰ ਇਤਿਹਾਸ ਰਚਿਆ ਜਾਊਗਾ। ਵੀ ਕੱਲ੍ਹ ਬਹੁਤ ਹੀ ਵੱਡੇ ਵਧੀਆ ਮੈਚ ਹੋਣਗੇ ਤੇ ਵੱਡੇ ਵੱਡੇ ਨਿਯਮ ਦਿੱਤੇ ਜਾਣਗੇ, ਮੋਟਰਸਾਈਕਲ ਦਿੱਤੇ ਜਾਣਗੇ, ਕੈਸ਼ ਨਿਯਮ ਦਿੱਤੇ ਜਾਣਗੇ ਤੇ ਜਿੰਨੇ ਵੀ ਸਾਡੇ ਬੰਦੇ ਆਉਣਗੇ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਾਂਗੇ ਤੇ ਅੱਗੇ ਕਰਦੇ ਰਹੇ। ਖਿਡਾਰੀਆਂ ਨੂੰ ਮੈਸੇਜ ਮਿਲ ਜਾਵੇ ਜੋ ਵੀ NRI ਭਰਾ ਜਾਂ ਇੱਥੇ ਪੰਜਾਬ ਤੋਂ ਇੰਨਾ ਪੈਸਾ ਲਾ ਕੇ ਖੇਡਣ ਕਰਾਉਂਦੇ ਵੱਧ ਤੋਂ ਵੱਧ ਉਹਨਾਂ ਦਾ ਸਾਥ ਦੇ ਤੇ ਕਬੱਡੀ ਰੋਲ ਕਬੱਡੀ ਖੇਡ ਕੇ ਟਾਈਮ ਨੂੰ ਪਹੁੰਚ ਕੇ ਆਪਣੇ ਮਾਣ ਪ੍ਰਾਪਤ ਕਰੋ। ਸੱਤਾ ਮੁਠੱਡਾ ਜੈਸ਼ ਔਜਲਾ ਜੀ, ਅਜੇ ਕੀ ਕਹਿਣਾ ਚਾਹੋਗੇ ਜੀ? 17ਵਾਂ ਸਾਡਾ ਕੱਪ ਹੋ ਰਿਹਾ ਇੱਥੇ ਤੇ ਪਲੀਜ਼ ਆਓ ਸਾਰੇ ਜਣੇ ਰੌਣਕ ਵਧਾਓ ਤੇ ਦੇਖੋ ਮੈਚ ਇੱਥੇ ਜਿੱਦਾਂ ਸੱਤਾ ਭਾਜੀ ਦੱਸ ਕੇ ਹਟੇ ਆ। ਇੰਨੇ ਮੋਟਰਸਾਈਕਲ ਤੁਸੀਂ ਬਣ ਰਹੇ ਹੋ, ਇੰਨਾ ਐਪਰੀਸ਼ੀਏਟ ਕਰ ਰਹੇ ਹੋ, ਇੰਨਾ ਤੁਸੀਂ ਪ੍ਰਮੋਟ ਕਰ ਰਹੇ ਹੋ ਕਬੱਡੀ ਨੂੰ ਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਅਸੀਂ ਪਹਿਲੇ ਤੋਂ ਵੀ ਕਾਫੀ ਸਮੇਂ ਤੋਂ ਪਹਿਲੇ ਅਸੀਂ ਕੈਸ਼ ਨਹੀਂ ਦਿੰਦੇ ਸੀ, ਫਿਰ ਹੋਰ ਵਹੀਕਲ ਟਰੈਕਟਰ ਰਾਤ ਕੀ ਅਸੀਂ ਮੋਟਰਸਾਈਕਲ ਦੇਵਾਂਗੇ ਜੀ। ਉਹ ਦੇਖੋ ਕੱਲ ਨੂੰ ਕਿਹਨੂੰ ਕਿਹਨੂੰ ਕਿਸਮਤ ਜਾਂਦੇ ਹੋ ਜੀ। ਗੋਖਾ ਬਾਰੀ ਜੀ ਸਾਡੇ ਨਾਲ ਜੀ, ਇਸ ਬਾਰੀ ਜੀ ਤੁਸੀਂ ਸੱਤ ਸਮੁੰਦਰ ਪਾਰ ਤੋਂ ਆਏ ਜੀ ਕਬੱਡੀ ਨੂੰ ਪ੍ਰਮੋਟ ਕਰਨ ਵਾਸਤੇ, ਹੋਰ ਵੀ ਫੀਲਿੰਗ ਹੈ? ਮੈਂ ਤਾਂ ਜੀ ਉਹਨਾਂ ਭਰਾਵਾਂ ਦੇ ਕਰਕੇ ਜੈਸ ਸੱਤਾਦਾਰਾ ਇਹਨਾਂ ਦੇ ਨਾਲ ਭਰਾਵਾਂ ਤੇ ਜੁੜਿਆ ਆ ਪਹਿਲਾਂ ਤੋਂ ਹੀ, ਨਾਲ ਰੱਖਦੇ ਹੋ ਬਜ ਵੈਰੀ ਹੈਪੀ ਆ ਅਸੀਂ, ਠੀਕ ਆ ਜੀ। ਬਸ ਇਹਨਾਂ ਭਰਾਵਾਂ ਦਾ ਥੈਂਕ ਯੂ ਆ ਜੀ। ਪਾਲਾ ਜੀ, ਕਾਫੀ ਮਿਹਨਤ ਕਰ ਰਹੇ ਹੋ ਕਾਮਯਾਬ ਕਰਨ ਵਾਸਤੇ, ਤੁਸੀਂ ਤੁਹਾਡਾ ਕਾਫੀ ਯੋਗਦਾਨ ਹੈ, ਕੀ ਕਹਿਣਾ ਚਾਹੋਗੇ? ਬਸ ਸਾਡੇ ਵੱਲੋਂ ਜੀ ਸਾਰਿਆਂ ਦਾ ਧੰਨਵਾਦ, ਜਿਹੜੇ ਇੱਥੇ ਦਰਸ਼ਕ ਆਏ ਆ ਉਹਨਾਂ ਦਾ ਧੰਨਵਾਦ ਆ, ਬਾਕੀ ਜਿਹੜੇ ਦੂਰ ਦੂਰ ਦੇਖ ਰਹੇ ਆ ਦਰਸ਼ਕ ਉਹਨਾਂ ਦਾ ਧੰਨਵਾਦ ਆ, ਸਾਡੀ ਆਜ਼ਾਦ ਕਬੱਡੀ ਕਲੱਬ ਵੱਲੋਂ ਸਾਡੇ ਜੈਸ਼ ਔਜਲਾ ਜੀ, ਸੱਤਾ ਮੁਠੱਡਾ ਜੀ, ਇਹ ਬੜਾ ਇਹਨਾਂ ਦਾ ਯੋਗਦਾਨ ਆ ਕਬੱਡੀ ਦੇ ਵਿੱਚ ਤੇ ਅਸੀਂ ਬੜੇ ਤਹਿ ਦਿਲੋਂ ਤੁਹਾਡੇ ਦੂਰਦਰਸ਼ਨ ਦੇ ਬੜੇ ਧੰਨਵਾਦੀ ਆ ਜੀ, ਜਿਹੜੇ ਸਾਡੇ ਕੋਲ ਕਵਰਿੰਗ ਕਰਨ ਲਈ ਆਏ ਆ, ਬੜਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ। ਪਾਲਾ ਔਜਲਾ ਜੀ, ਉਹਨੂੰ ਤੁਹਾਡੇ ਨਾਲ ਵਿਚਾਰ ਸਾਂਝਾ ਕੀਤੇ। ਮੈਂ ਪ੍ਰਨੀਤ ਸ਼ਰਮਾ, ਪ੍ਰੋਗਰਾਮ ਪ੍ਰੋਡਿਊਸਰ, ਗਰਾਊਂਡ ਰਿਪੋਰਟ 27 DD ਪੰਜਾਬੀ ਦੂਰਦਰਸ਼ਨ ਜਲੰਧਰ, ਲਈ ਸਾਰੇ ਗੱਲਬਾਤ ਕਰਨ ਵਾਸਤੇ ਧੰਨਵਾਦ ਕਰਦਾ।